ਲਾਭੇ ਪਹੁੰਚਣ। ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਗਊ ਮਾਤਾ ਨੂੰ ਲੈ ਕੇ ਚੱਲ ਰਹੀ ਹੈ। ਬਹੁਤ ਦੇਰ ਤੋਂ ਹੈ, ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਸਰਕਾਰ ਵੀ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ, ਲੇਕਿਨ ਕਿਸੇ ਤੋਂ ਵੀ ਇਸ ਦਾ ਪ੍ਰੋਪਰ ਹੱਲ ਜਿਹੜਾ ਨਹੀਂ ਹੋਇਆ ਕਿ ਸੜਕ 'ਤੇ ਗਊ ਮਾਤਾ ਨਾ ਰਹੇ। ਉਸ ਦੇ ਨਾਲ ਜਿੱਥੇ ਅਸੀਂ ਸਾਡੇ ਸਨਾਤਨ ਧਰਮ ਦੇ ਵਿੱਚ ਗਊ ਮਾਤਾ ਨੂੰ ਪੂਜਿਆ ਜਾਂਦਾ, ਗਊ ਮਾਤਾ ਦੀ ਅਸੀਂ ਪੂਜਾ ਕਰਦੇ ਹਾਂ, ਗਊ ਮਾਤਾ ਦੇ ਸੱਟਾਂ ਵੱਜਦੀਆਂ, ਕਈ ਵਾਰੀ ਕਹਿੰਦਾ ਜਾਨੀ ਨੁਕਸਾਨ ਲੋਕਾਂ ਦਾ ਵੀ ਹੁੰਦਾ, ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਜਿਹਦੇ ਵਿੱਚ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਜਦਕਿ ਸਾਡੀ ਸਰਕਾਰ, ਚਾਹੇ ਉਹ ਅਕਾਲੀ ਸਰਕਾਰ ਵੇਲੇ, ਅਸੀਂ 16 ਆਈਟਮਾਂ 'ਤੇ ਕੌਂਸੈਂਸ ਲਵਾਇਆ ਸੀ ਵੀ ਇਹ ਜਿਹੜੀ ਸੜਕ ਤੋਂ ਗਊ ਚੱਕ ਕੇ ਕਹਿੰਦਾ ਗਊਸ਼ਾਲਾ ਪਹੁੰਚ ਜੂਗੀ, 20 ਸਰਕਾਰੀ ਗਊਸ਼ਾਲਾ ਬਣਵਾਈਆਂ ਸੀਗੀਆਂ, ਲੇਕਿਨ ਉਹ ਸਮੱਸਿਆ ਉੱਦਾਂ ਦੀ ਉੱਦਾਂ ਖੜੀ ਹੈ, ਕੌਂਸੈਂਸ ਦਾ ਪੈਸਾ ਲਿੱਤਾ ਜਾ ਰਿਹਾ, ਉਹਨਾਂ ਸਰਕਾਰੀ ਗਊਸ਼ਾਲਾ ਨੂੰ ਨਹੀਂ ਪਹੁੰਚਦਾ। ਅੱਜ ਵੀ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਗਾਜ਼ੀਪੁਰ ਦੇ ਵਿੱਚ ਗਊਸ਼ਾਲਾ, ਉਹਦੀ ਪੁਜੀਸ਼ਨ ਇਹ ਹੈ ਵੀ ਉੱਥੇ ਹਰਾ ਚਾਰਾ ਖਾਣ ਨੂੰ ਵੀ ਗਊਆਂ ਦੇ ਲਈ ਨਹੀਂ ਹੈਗਾ, ਉਹ ਵੀ ਲੋਕਾਂ ਨੂੰ ਸਾਨੂੰ ਕਿਤੇ ਐਫਰਟਸ ਕਰਕੇ ਪਹੁੰਚਾਉਣਾ ਪੈਂਦਾ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਕੌਂਸੈਂਸ ਦਾ ਪੈਸਾ ਉਹਨਾਂ ਸਰਕਾਰੀ ਗਊਸ਼ਾਲਾ ਦੇ ਵਿੱਚ ਪਹੁੰਚੇ। ਅੱਜ ਅਸੀਂ ਇੱਥੇ ਨਾਭੇ ਦੇ ਵਿੱਚ ਇੱਕ ਸਪੈਸ਼ਲ ਅਭਿਆਨ ਸ਼ੁਰੂ ਕਰ ਰਹੇ ਹਾਂ ਕਿ ਸੜਕ ਤੋਂ ਗਊ ਚੱਕ ਕੇ ਗਊਸ਼ਾਲਾ ਪਹੁੰਚਾਊਗੀ ਸ਼ਿਵ ਸੈਨਾ। ਪੂਰੇ ਪੰਜਾਬ ਦੇ ਵਿੱਚ ਅੱਜ ਪਹਿਲੀ ਟੀਮ ਦਾ ਗਠਨ ਅਸੀਂ ਨਾਭੇ ਦੇ ਵਿੱਚ ਕਰਨ ਜਾ ਰਹੇ ਹਾਂ ਵੀ ਸਾਰੇ ਪੰਜਾਬ ਦੇ ਵਿੱਚ ਅਸੀਂ ਸਪੈਸ਼ਲ ਟੀਮਾਂ ਗਠਿਤ ਕਰਾਂਗੇ, ਸ਼ਿਵ ਸੈਨਾ ਪਲੱਸ ਗਊ ਭਗਤਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਜਾਣਗੀਆਂ ਜਿਹੜੀਆਂ ਸੜਕ ਤੋਂ ਗਊ ਨੂੰ ਚੱਕ ਕੇ ਗਊਸ਼ਾਲਾ ਪਹੁੰਚਾਉਣਗੀਆਂ। ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿਤੇ ਵੀ ਕੋਈ ਇੱਕ ਵੀ ਐਨੀਮਲ ਐਂਬੂਲੈਂਸ ਪੰਜਾਬ ਦੇ ਵਿੱਚ ਨਹੀਂ ਹੈਗੀ, ਕੋਈ ਵੀ ਡਾਕਟਰ ਸਰਕਾਰੀ ਜਿਹੜਾ ਹੈਗਾ ਕਿਸੇ ਗਊਸ਼ਾਲਾ ਦੇ ਵਿੱਚ ਇਲਾਜ ਲਈ ਨਹੀਂ ਜਾਂਦਾ, ਕਿ ਪੰਜਾਬ ਸਰਕਾਰ 117 ਐਨੀਮਲ ਐਂਬੂਲੈਂਸਾਂ ਬਣਾਵੇ, ਹਰ ਕੌਂਸਟੀਚੁਐਂਸੀ ਦੇ ਵਿੱਚ, ਵਿਧਾਨ ਸਭਾ ਖੇਤਰ ਦੇ ਵਿੱਚ ਇੱਕ ਐਨੀਮਲ ਐਂਬੂਲੈਂਸ ਹੋਣੀ ਚਾਹੀਦੀ ਹੈ, ਔਰ 20 ਕੈਪਚਰ ਵੈਨਾਂ ਹੋਣੀਆਂ ਚਾਹੀਦੀਆਂ, ਇੱਕ ਜ਼ਿਲ੍ਹੇ ਦੇ ਵਿੱਚ ਇੱਕ ਕੈਪਚਰ ਵੈਨ ਹੋਣੀ ਚਾਹੀਦੀ ਹੈ ਜਿਹੜੀ ਉਹ ਗਊਆਂ ਨੂੰ ਫੜ ਕੇ ਕਹਿੰਦਾ ਅਸੀਂ ਕਹਿੰਦਾ ਕਿਸੇ ਬਾਈਕ ਦੇ ਵਿੱਚ, ਕਿਸੇ ਵਾਹਨ ਦੇ ਵਿੱਚ ਗਊਸ਼ਾਲਾ ਤੱਕ ਪਹੁੰਚਾ ਸਕੀਏ, ਕਿਉਂਕਿ ਗਊ ਵੰਸ਼ ਨੂੰ ਫੜਨਾ ਵੀ ਬਹੁਤ ਔਖਾ ਹੁੰਦਾ। ਇਸ ਦੇ ਨਾਲ ਗਊ ਵੰਸ਼ ਦੀ ਐਸੀ ਸਮੱਸਿਆ ਹੈ ਵੀ ਕਿਸਾਨ ਦਾ ਵੀ ਨੁਕਸਾਨ ਹੋ ਰਿਹਾ, ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ, ਉਹਨਾਂ ਦੀ ਜ਼ਮੀਨ ਦੇ ਵਿੱਚ ਗਊ ਵੜ ਜਾਂਦੀ ਹੈ, ਫਿਰ ਉਹ ਜ਼ਿੰਮੇਵਾਰ ਸਾਨੂੰ ਠਹਿਰਾਉਂਦੇ ਨੇ ਕਿ ਤੁਹਾਡੀਆਂ ਮਾਵਾਂ ਸੜਕ 'ਤੇ ਫਿਰ ਰਹੀਆਂ, ਤੁਸੀਂ ਇਹਨਾਂ ਨੂੰ ਤਾਂ ਫੜਦੇ ਨਹੀਂ। ਅਸੀਂ ਫੜਨ ਨੂੰ ਤਿਆਰ ਹਾਂ, ਅਸੀਂ ਉਹਦੇ ਲਈ ਅੱਜ ਟੀਮਾਂ ਦਾ ਗਠਨ ਕਰ ਰਹੇ ਹਾਂ। ਹਾਂਜੀ, ਲੇਕਿਨ ਉਹਨਾਂ ਨੂੰ ਖਾਣ ਦੇ ਲਈ ਸਰਕਾਰ ਉਹਦੇ ਇੰਤਜ਼ਾਮ ਕਰੇ ਹਰੇ ਚਾਰੇ ਦਾ, ਪੂਰੇ ਪੰਜਾਬ 4 ਕੌਂਸਟੀਚੁਐਂਸੀ ਚ ਆਵਾਰਾ ਨਹੀਂ, ਬੇਸਹਾਰਾ ਹਾਂ। ਇੱਕ ਦੂਜਾ ਮੈਂ ਉਹਨਾਂ ਨੂੰ ਅਪੀਲ ਕਰਾਂਗਾ, ਕਹਿੰਦਾ ਜਿਹੜੇ ਗਊ ਪਾਲਕ ਨੇ, ਜਿਹੜੇ ਗਊ ਪਾਲਦੇ ਨੇ ਵੀ ਉਹ ਸੜਕ 'ਤੇ ਗਊ ਨਾ ਛੱਡਣ। ਜੇ ਸ਼ਿਵ ਸੈਨਾ ਦੀ ਟੀਮ ਕਿਸੇ ਦੀ ਗਊ ਫੜਲੇਗੀ ਤਾਂ ਉਹ ਵਾਪਸ ਨਹੀਂ ਕੀਤੀ ਜਾਵੇਗੀ, ਕਹਿੰਦਾ ਚਾਹੇ CM ਦੀ ਸਿਫਾਰਿਸ਼ ਆ ਜਾਵੇ, ਚਾਹੇ MLA ਦੀ ਸਿਫਾਰਿਸ਼ ਆ ਜਾਵੇ, ਕਿਉਂ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ। ਕਹਿੰਦਾ ਜਦੋਂ ਅਸੀਂ ਗਊਆਂ ਸੜਕ ਤੋਂ ਫੜ ਲੈਂਦੇ ਹਾਂ ਉਹਦੇ ਵਿੱਚੋਂ ਲੋਕ MLA MP ਦੀਆਂ ਸਿਫਾਰਿਸ਼ਾਂ ਕਰਾਉਣ ਲੱਗ ਜਾਂਦੇ ਨੇ ਜੀ ਇਹ ਗਊ ਛੱਡ ਦਿਉ, ਇਹਦੀ ਗਊ ਛੱਡ ਦਿਉ, ਜਾਂ ਸਰਕਾਰ ਉਹਦੇ ਲਈ ਘੱਟੋ ਘੱਟ 20,000 ਰੁਪਏ ਜੁਰਮਾਨਾ ਰੱਖੇ ਤਾਂ ਜੋ ਅਗਲੇ ਨੂੰ ਸੇਕ ਲੱਗੇ ਵੀ ਮੈਂ ਗਊ ਛੱਡਾਂਗਾ ਤਾਂ ਮੈਨੂੰ ਇੰਨਾ ਜੁਰਮਾਨਾ ਇੰਨਾ ਫਾਈਨ ਪਊਗਾ। ਬਹੁਤ ਵਾਰੀ ਰਿਟਰਨ ਦਿੱਤਾ ਹੋਇਆ, ਹੁਣ ਵੀ ਅਸੀਂ ਬਕਾਇਦਾ ਮੰਗ ਪੱਤਰ ਵੀ ਦੇਵਾਂਗੇ
ਅਸੀਂ ਕੀ ਕਰਨ ਜਾ ਰਹੇ ਹਾਂ, ਅਸੀਂ ਤਾਂ ਸੜਕ ਤੋਂ ਗਊਆਂ ਫੜ ਕੇ ਗਊਸ਼ਾਲਾ ਛੱਡਣੀ ਹੈ, ਅਸੀਂ ਉਹਦੇ ਲਈ ਸਾਨੂੰ ਰਿਟਰਨ ਦੇਣ ਦੀ ਕੋਈ ਲੋੜ ਨਹੀਂ ਹੈਗੀ, ਸਰਕਾਰੀ ਗਊਸ਼ਾਲਾ ਬਣੀਆਂ ਹੋਈਆਂ ਨੇ। ਹਾਂਜੀ, ਅਸੀਂ ਤਾਂ ਸੜਕ ਤੋਂ ਗਊ ਚੱਕ ਕੇ ਅਸੀਂ ਸਰਕਾਰ ਤੋਂ ਕੋਈ ਪੈਸੇ ਨਹੀਂ ਲੈਣੇ ਉਹਨੂੰ ਫੜਨ ਦੇ। ਨਹੀਂ ਨਹੀਂ, ਅਸੀਂ ਸਰਕਾਰੀ 'ਚ ਛੱਡਾਂਗੇ, ਪ੍ਰਾਈਵੇਟ ਦੇ ਵਿੱਚ ਤਾਂ ਪਤਾ ਕੀ ਹੈ, ਇੱਕ ਮਿੰਟ ਆਹ ਗਊਸ਼ਾਲਾ ਦਾ ਬਜਟ ਹੈ 5 ਲੱਖ ਰੁਪਏ ਮਹੀਨੇ ਦਾ, ਮੈਂ ਇੱਥੇ 200 ਗਊ ਲਿਆ ਕੇ ਵਾੜ ਦੂੰਗਾ, ਇਹਦਾ ਬਜਟ ਹੋਜੂਗਾ 9 ਲੱਖ ਰੁਪਏ ਮਹੀਨਾ, ਉਹ 4 ਲੱਖ ਕਿੱਥੋਂ ਆਏਗਾ? ਜੇ ਤਾਂ ਸਰਕਾਰ ਇਹਨਾਂ ਨੂੰ ਪੈਸੇ ਦੇਵੇ, ਗਊਸ਼ਾਲਾ ਦਾ ਤਾਂ ਅਸੀਂ ਸਿਸਟਮ ਥੋੜ੍ਹਾ ਵਿਗਾੜਨਾ, ਪ੍ਰਾਈਵੇਟ ਗਊਸ਼ਾਲਾ ਵਾਲਾ ਤਾਂ ਰੱਖ ਹੀ ਨਹੀਂ ਸਕਦਾ, ਕਿਉਂਕਿ ਪ੍ਰਾਈਵੇਟ ਜਿਹੜੇ 500 ਦੇ ਕਰੀਬ ਗਊਸ਼ਾਲਾ ਨੇ ਪੰਜਾਬ 'ਚ, ਸਾਰੇ ਪਹਿਲਾਂ ਓਵਰ ਕਪੈਸਿਟੀ ਨੇ ਅਤੇ ਲੋਕਾਂ ਦੇ ਫਟਣ ਦੇ ਨਾਲ ਚੱਲ ਰਹੀਆਂ ਨੇ, ਸਰਕਾਰ ਦਾ ਕੋਈ ਪੈਸਾ ਉਹਨਾਂ ਨੂੰ ਨਹੀਂ ਮਿਲਦਾ। ਸਰਕਾਰ ਨੂੰ ਕੌਸਸ ਦੇ ਪੈਸੇ ਦੇ ਵਿੱਚੋਂ ਇਹਨਾਂ 500 ਗਊਸ਼ਾਲਾ ਨੂੰ ਵੀ ਥੋੜ੍ਹਾ ਬਹੁਤਾ ਪੈਸਾ ਹਰ ਮਹੀਨੇ ਦੇਣਾ ਚਾਹੀਦਾ। ਤੁਹਾਡੇ ਵੱਲੋਂ ਤਾਂ ਪੁਰਾਣਾ ਕੀਤਾ, ਸਰਕਾਰਾਂ ਨੇ ਕਿਉਂ ਨਹੀਂ ਸੋਚਿਆ ਕਿਸੇ ਦਾ ਪਿਓ ਮਰ ਗਿਆ, ਕਿਸੇ ਦਾ ਪੁੱਤ ਮਰ ਗਿਆ, ਕਿਸੇ ਦੀ ਧੀ ਮਰ ਗਈ ਐਕਸੀਡੈਂਟ 'ਚ? ਉਸ ਦੇ ਵਿੱਚ ਮੇਨ ਪ੍ਰੋਬਲਮ ਇਹੀ ਆਉਂਦੀ ਹੈ ਕਿ ਸਰਕਾਰ ਜਦੋਂ ਅਸੀਂ ਬਜਟ ਪੇਸ਼ ਕਰਦੇ ਹਾਂ ਨਾ 31 ਮਾਰਚ ਨੂੰ, ਉਸ 'ਚ ਪੈਸਾ ਨਹੀਂ ਰੱਖਦੀ, ਨਾ ਤਾਂ ਕੌਸੈਸ ਵਾਲੇ ਪੈਸੇ ਨੂੰ ਬਜਟ 'ਚ ਲੈ ਕੇ ਆਉਂਦੀ ਹੈ, ਨਾ ਉਂਝ ਕੋਈ ਪੈਸਾ ਬਜਟ 'ਚ ਰੱਖਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ 80 ਕਰੋੜ ਰੁਪਇਆ ਰੱਖਿਆ ਸੀਗਾ, ਉਸ 'ਚੋਂ 3 ਕਰੋੜ 17 ਲੱਖ ਰੁਪਇਆ ਸਿਰਫ ਖਰਚਿਆ, 77 ਕਰੋੜ ਰੁਪਇਆ ਲੈਪ ਕਰਤਾ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਵੀ ਸੰਭਾਲ ਕਿਉਂ ਨਹੀਂ ਹੋ ਰਹੀ, ਕਿਉਂਕਿ ਬਹੁਤ ਵੱਡੀ ਸਮੱਸਿਆ, ਸਾਰਿਆਂ ਦੀ ਸਾਂਝੀ ਸਮੱਸਿਆ ਹੈ ਇਹ। ਜਿਹੜਾ ਐਕਸਾਈਜ਼ ਦਾ ਪੈਸਾ, ਸ਼ਰਾਬ ਦੀ ਬੋਤਲ 'ਤੇ, ਦੇਸੀ ਦੀ ਬੋਤਲ 'ਤੇ, ਅੰਗਰੇਜ਼ੀ ਦੀ ਬੋਤਲ 'ਤੇ, ਬੀਅਰ ਦੀ ਬੋਤਲ 'ਤੇ ਕੌਸੈਸ ਲੱਗਿਆ ਪਿਆ 16 ਆਈਟਮਾਂ 'ਤੇ, 9 ਤਾਂ ਨਹੀਂ 16 ਆਈਟਮਾਂ 'ਤੇ। ਉਹ ਪੈਸਾ ਸਰਕਾਰ ਐਕਸਾਈਜ਼ ਤੋਂ ਲਈ ਨਹੀਂ ਰਹੀ, ਜੇ ਐਕਸਾਈਜ਼ ਤੋਂ ਲਊਗੀ ਤਾਂ ਗਊਸ਼ਾਲਾ ਨੂੰ ਦਊਗੀ ਨਾ। ਇਸ ਤਰ੍ਹਾਂ ਹੀ ਸੀਮਿੰਟ ਦੀ ਬੋਰੀ 'ਤੇ ਹੈ, ਮੈਰਿਜ ਪੈਲਸ 'ਤੇ ਹੈ, ਹੋਟਲ 'ਤੇ ਹੈ, ਜਨਮ ਸਰਟੀਫਿਕੇਟ 'ਤੇ ਹੈ, ਮਰਨ ਸਰਟੀਫਿਕੇਟ 'ਤੇ ਹੈ, 2-ਵੀਲਰ 'ਤੇ ਹੈ, 4-ਵੀਲਰ 'ਤੇ ਹੈ, ਹਰ ਚੀਜ਼ ਪੈਟਰੋਲ 'ਤੇ ਹੈ, ਡੀਜ਼ਲ 'ਤੇ ਹੈ, ਬਿਜਲੀ 'ਤੇ ਹੈ, ਹਰ ਚੀਜ਼ ਦੇ ਉੱਪਰ ਕੌਸੈਸ ਹੈ। ਲੇਕਿਨ ਅਸੀਂ ਕਹਿੰਦੇ ਵੀ ਸਰਕਾਰ ਪ੍ਰੋਪਰ ਉਹ ਕੌਸੈਸ ਨੂੰ ਆਪਣੇ ਕੋਲ ਲਵੇ, ਲੈ ਕੇ ਸਿਰਫ ਇਹ ਗਊਸ਼ਾਲਾ ਨੂੰ ਹੀ ਦਿੱਤਾ ਜਾਵੇ, ਉਹ ਪੈਸਾ ਕਿਤੇ ਹੋਰ ਨਾ ਜਾਵੇ। ਉਹ ਪੈਸੇ ਦਾ ਹਾਲੇ ਤੱਕ 7 ਸਾਲ ਹੋ ਗਏ ਕੌਸੈਸ ਲੱਗੇ ਨੂੰ, ਹਾਲੇ ਤੱਕ ਇਹੀ ਨਹੀਂ ਪਤਾ ਲੱਗਦਾ ਵੀ ਉਹ ਪੈਸਾ ਜਾਂਦਾ ਆਉਂਦਾ ਕਿੱਥੇ ਹੈ, ਜਾਂਦਾ ਕਿੱਥੇ ਹੈ, ਕਿ ਉਹਦਾ ਪ੍ਰੋਪਰ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਹ ਪੈਸਾ ਸਭ ਤੋਂ ਪਹਿਲਾਂ ਤਾਂ 20 ਗਊਸ਼ਾਲਾ ਜਿਹੜੀਆਂ ਸਰਕਾਰੀ ਨੇ ਉਹਨਾਂ ਨੂੰ ਦਿੱਤਾ ਜਾਵੇ, ਉਸ ਤੋਂ ਬਾਅਦ ਜਿਹੜਾ ਪੈਸਾ ਬਚਦਾ ਉਹ ਪ੍ਰਾਈਵੇਟ ਗਊਸ਼ਾਲਾ ਨੂੰ ਦਿੱਤਾ ਜਾਵੇ। 11 ਮੈਂਬਰੀ ਸਾਡੀ ਸ਼ਿਵ ਸੈਨਾ ਦੀ ਟੀਮ ਹੋਊਗੀ, ਬਾਕੀ ਗਊ ਭਗਤਾਂ ਨੂੰ ਅਸੀਂ ਨਾਲ ਲਵਾਂਗੇ, ਜਿਵੇਂ ਇੱਥੇ ਗਊਸ਼ਾਲਾ ਹੈਗੀਆਂ ਨੇ, ਠੀਕ ਹੈ, ਇਹ ਬਹੁਤ ਸੇਵਾ ਕਰ ਰਹੇ ਨੇ, ਕਹਿੰਦਾ ਕਿਉਂਕਿ ਕੁਛ ਗਊਆਂ ਸਾਨੂੰ ਇਹਨਾਂ ਕੋਲ ਵੀ ਰੱਖਣੀਆਂ ਪੈਣਗੀਆਂ ਲੋਕਲ ਆਉਣ ਕਰਕੇ, ਕਿਉਂ ਗਾਜ਼ੀਪੁਰ ਇੱਥੋਂ 40-50 ਕਿਲੋਮੀਟਰ ਪੈ ਜਾਂਦਾ, ਉਹਨੂੰ ਲਿਜਾਣ 'ਚ ਵੀ ਸਾਨੂੰ ਪ੍ਰੋਬਲਮ ਆਊਗੀ। ਜਿੰਨੀ ਕੁ ਕਪੈਸਿਟੀ ਈਜ਼ੀਲੀ ਇਹ ਰੱਖ ਸਕਦੇ ਹੋਣਗੇ ਆਸਾਨੀ ਨਾਲ, ਉਨੀਆਂ ਕੁ ਅਸੀਂ ਇਹਨਾਂ ਕੋਲ ਵੀ ਰੱਖਾਂਗੇ, ਕੁਛ ਪਟਿਆਲੇ ਰੱਖਾਂਗੇ, ਮਤਲਬ ਜਿੱਥੇ ਵੀ ਸਾਨੂੰ ਜਗ੍ਹਾ ਮਿਲੂਗੀ, ਕਹਿੰਦਾ ਅਸੀਂ ਉੱਥੇ ਉਸ ਗਊ ਨੂੰ ਸਟੇਬਲ ਕਰਾਂਗੇ, ਜਿੱਥੇ ਉਹਨੂੰ ਖਾਣ ਨੂੰ ਘੱਟੋ ਘੱਟ ਮਿਲਦਾ ਰਹੇ, ਸਾਨੂੰ ਵਿਸ਼ਵਾਸ ਹੋਵੇ ਕਿ ਗਊ ਮਾਤਾ ਨੂੰ ਇੱਥੇ ਖਾਣ ਨੂੰ ਮਿਲੇਗਾ। 1,10,000 ਪੰਜਾਬ ਦੇ ਵਿੱਚ 1,10,000 ਸੜਕਾਂ ਦੇ ਉੱਪਰ ਗਊ, ਉਹਨਾਂ ਨੂੰ ਜਲਦੀ ਫੜਿਆ ਜਾਊਗਾ, ਉਹਨਾਂ ਦਾ ਖਰਚਾ ਫਿਰ ਸਰਕਾਰ ਚੱਕੂਗੀ ਜਾਂ? ਨਹੀਂ, ਆਲਰੇਡੀ ਸਰਕਾਰੀ ਗਊਸ਼ਾਲਾ 25-25 ਏਕੜ 'ਚ ਬਣੀਆਂ ਹੋਈਆਂ ਜੀ,
ਅਸੀਂ ਹਰ ਜ਼ਿਲ੍ਹੇ ਦੇ ਵਿੱਚ ਗਊਸ਼ਾਲਾ ਬਾਦਲ ਸਾਹਿਬ ਤੋਂ ਬਣਵਾਈ ਵੀ ਹੈ। ਸਿਰਫ ਹੁਣ ਪ੍ਰੋਬਲਮ ਸਾਨੂੰ ਕਿੱਥੇ ਆ ਰਹੀ ਹੈ, ਜਿਹੜਾ 16 ਆਈਟਮਾਂ ਦਾ ਪ੍ਰੋਸੈਸ ਹੈ ਉਹ ਸਰਕਾਰ ਇਕੱਠਾ ਕਰਕੇ ਉਹਨਾਂ ਗਊਸ਼ਾਲਾ ਨੂੰ ਨਹੀਂ ਦੇ ਰਹੀ। ਅਸੀਂ ਕਹਿੰਦੇ ਹਾਂ ਕਿ ਸਰਕਾਰ ਉਹ ਪ੍ਰੋਸੈਸ ਨੂੰ ਇਕੱਠਾ ਕਰੇ, ਪਹਿਲਾਂ ਉਹਨਾਂ 20 ਗਊਸ਼ਾਲਾ ਨੂੰ ਦੇਵੇ, ਉਸ ਤੋਂ ਬਾਅਦ ਸਾਡੀਆਂ 472 ਗਊਸ਼ਾਲਾ ਹੋਰ ਨੇ ਪੰਜਾਬ ਵਿੱਚ ਜਿਹੜੀਆਂ ਪ੍ਰਾਈਵੇਟ ਚੱਲ ਰਹੀਆਂ। 6 ਜੂਨ ਘੱਲੂਘਾਰਾ ਦਿਵਸ ਵੀ ਆ ਰਿਹਾ ਜੀ, ਕਿਵੇਂ ਦੇਖਦੇ ਹੋ? ਉਹਦੇ ਵਿੱਚ ਸਾਡਾ ਕੋਈ ਐਡਾ ਰੋਲ ਨਹੀਂ ਹੁੰਦਾ। ਅਸੀਂ ਬਾਕੀ ਕਹਿੰਦਾ ਇਸ ਵਾਰ ਅੰਮ੍ਰਿਤਸਰ ਦੇ ਵਿੱਚ 5 ਜੂਨ ਨੂੰ ਇੱਕ ਭਗਵਾਂ ਮਾਰਚ ਕੱਢ ਰਹੇ ਹਾਂ, ਅਤੇ ਬਾਕੀ ਅਸੀਂ ਕਹਿੰਦਾ ਪੰਜਾਬ ਦੇ ਵਿੱਚ ਕਿਤੇ ਹੋਈ ਹੋਰ ਕੁਛ ਨਹੀਂ ਕਰ ਰਹੇ। ਸਾਨੂੰ ਬਹੁਤ ਦੁੱਖ ਹੈ ਵੀ ਜੋ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ, ਲੇਕਿਨ ਉਹਦੇ ਨਾਲ ਨਾਲ ਜਿਹੜੇ ਮਿਲਟਰੀ ਪੈਰਾਮਿਲਟਰੀ ਫੋਰਸ ਦੇ ਜਵਾਨ ਮਰੇ ਉਹ ਵੀ ਨਿਰਦੋਸ਼।